hello student welcome to my channel let's start next topic of unit 6 which is interference of light so is sada next chapter a new chapter jo si start karan ja rahe ha so interference of light hondi ki cheez hai it is a phenomenon of non uniform distribution of energy in the medium due to the superposition of two wave light waves are called interference of light oh wala phenomenon hai jide vich do non uniform distribution of energy hundi hai ਦੋਨੋਂ ਜਿਹੜੀਆਂ ਵੇਵਜ਼ ਆ ਆਪਰ ਵਿੱਚ ਆਪਸ ਵਿੱਚ ਸੁਪਰ ਪੋਜੀਸ਼ਨ ਕਰ ਜਾਂਦੀਆਂ ਆ ਸੁਪਰ ਪੋਜੀਸ਼ਨ ਮਤਲਬ ਮਿਕਸ ਹੋ ਜਾਂਦੀਆਂ ਦੋ ਵੇਵਜ਼ ਸੋ ਉਹਨੂੰ ਅਸੀਂ ਬੋਲਦੇ ਆ ਇੰਟਰਫੀਰੈਂਸ ਆਫ ਲਾਈਟ ਇੰਟਰਫੀਅਰ ਕਰਕੇ ਇੱਕ ਦੂਸਰੇ ਦੇ ਨਾਲ ਸੋ ਇੰਟਰਫੀਰੈਂਸ ਦੋ ਤਰ੍ਹਾਂ ਦੀ ਹੋ ਸਕਦੀ ਆ ਨੰਬਰ 1 ਇਜ਼ ਅ ਕੰਸਟਰਕਟਿਵ ਇੰਟਰਫੀਰੈਂਸ ਨੰਬਰ 2 ਇਜ਼ ਅ ਡਿਸਟਰਕਟਿਵ ਇੰਟਰਫੀਰੈਂਸ ਕੰਸਟਰਕਟਿਵ ਦੇ ਵਿੱਚ ਕੀ ਹੁੰਦਾ ਆ ਪੁਆਇੰਟਸ ਇਨ ਅ ਮੀਡੀਅਮ ਵੇਅਰ ਇੰਟੈਂਸਿਟੀ ਆਫ ਲਾਈਟ ਇਜ਼ ਮੈਕਸਿਮਮ ਸਪੋਜ਼ ਕਰੋ ਕਿ ਤੁਸੀਂ ਇੱਥੇ ਸੋਰਸ ਲਗਾਇਆ ਸੀ ਐਸ ਠੀਕ ਹੈ ਅੱਗੇ ਅਸੀਂ ਦੋ ਸਲਿੱਟਸ ਲਗਾਤੀਆਂ ਸਲਿੱਟਸ ਜਿੱਦਾਂ ਤੁਸੀਂ ਲੱਕੜੀ ਦੀ ਕੋਈ ਚੀਜ਼ ਲਗਾ ਦਿੱਤੀ ਸੋ ਇੱਥੇ ਵੀ ਲਾਈਟ ਪੈ ਰਹੀ ਇੱਥੇ ਵੀ ਲਾਈਟ ਪੈ ਰਹੀ ਹੈ ਸੋ ਇੱਥੇ ਫਰਿੰਜਸ ਬਣਨੀ ਹੈ ਸਟਾਰਟ ਹੋ ਜਾਣਗੀਆਂ ਇਸ ਤਰੀਕੇ ਨਾਲ ਠੀਕ ਹੈ ਸੋ ਅੱਗੇ ਅੱਗੇ ਇਸ ਤਰੀਕੇ ਨਾਲ ਬੰਨਦਾ ਜਾਏਗਾ ਠੀਕ ਹੈ ਇਸ ਤਰੀਕੇ ਨਾਲ ਸੋ ਕੰਟੀਨਿਊਸਲੀ ਅੱਗੇ ਅੱਗੇ ਵਧ ਰਹੀ ਹੈ ਤੁਹਾਡੀ ਰੇਜ਼ ਆਫ ਲਾਈਟ ਸੋ ਕੀ ਹੋਏਗਾ ਕਿਤੇ ਨਾ ਕਿਤੇ ਪੁਆਇੰਟ ਤੁਹਾਡੇ ਮੀਟ ਕਰ ਰਹੀ ਹੈ ਇਸ ਤਰੀਕੇ ਨਾਲ ਠੀਕ ਹੈ ਅਗਰ ਤੁਸੀਂ ਬਿਲਕੁਲ ਜੀਓਮੈਟਰੀ ਦੇ ਨਾਲ ਬਣਾਉਂਗੇ ਤਾਂ ਐਨ ਪ੍ਰੋਪਰ ਬਣੇਗਾ ਮੈਂ ਤਾਂ ਫ੍ਰੀਹੈਂਡ ਬਣਾ ਦਿੱਤਾ ਠੀਕ ਹੈ ਸੋ ਇਸ ਤਰੀਕੇ ਨਾਲ ਤੁਹਾਡੀਆਂ ਵੇਵਸ ਬਣਨ ਗਿਆ ਠੀਕ ਹੈ ਸੋ ਇੱਕ ਮੈਕਸਿਮਮ ਹੋਏਗੀ ਕਿ ਮਿਨੀਮਮ ਹੋਏਗੀ ਕਿ ਮੈਕਸਿਮਮ ਹੋਏਗੀ ਕਿ ਮਿਨੀਮਮ ਹੋਏਗੀ ਜਿੱਥੇ ਵੀ ਇੰਟਰਫੀਰੈਂਸ ਮਤਲਬ ਦੋ ਜਿਹੜੀਆਂ ਲਾਈਟ ਆ ਵੇਵਸ ਆਪਸ ਵਿੱਚ ਟਕਰਾ ਰਹੀਆਂ ਆ ਮੈਕਸਿਮਮ ਉੱਥੇ ਤੁਸੀਂ ਕਹਿੰਦੇ ਨੇ ਆ ਕੰਸਟਰਕਟਿਵ ਇੰਟਰਫੀਰੈਂਸ ਡਿਸਟਰਕਟਿਵ ਇੰਟਰਫੀਰੈਂਸ ਕਿਹਨੂੰ ਕਹਿੰਦੇ ਆ ਪੁਆਇੰਟ ਇਨ ਅ ਮੀਡੀਅਮ ਵੇਰ ਇੰਟੈਂਸਿਟੀ ਆਫ ਲਾਈਟ ਇਜ਼ ਮਿਨਿਮਮ ਜਿੱਥੇ ਇੰਟੈਂਸਿਟੀ ਆਫ ਲਾਈਟ ਘਟ ਤੋਂ ਘਟ ਹੋਵੇ ਠੀਕ ਹੈ ਜਿੱਥੇ ਘਟਾ ਉਹਨੂੰ ਬੋਲ ਦਿੱਤਾ ਡਿਸਟਰਕਟਿਵ ਇੰਟਰਫੀਰੈਂਸ ਠੀਕ ਹੈ ਸੋ ਨੈਕਸਟ ਅਸੀਂ ਕਰਨ ਜਾ ਰਹੇ ਹਾਂ ਯੰਗਸ ਡਬਲ ਸਲਿੱਟ ਐਕਸਪੈਰੀਮੈਂਟ ਹੁਣ ਯੰਗਸ ਡਬਲ ਸਲਿੱਟ ਐਕਸਪੈਰੀਮੈਂਟ ਧਿਆਨ ਨਾਲ ਪੜਨਾ ਬਥੇ ਮੋਸਟ ਇੰਪੋਰਟੈਂਟ ਆ 1 ਮਾਰਕਸ ਦਾ ਲੌਂਗ ਆਰਟੀਕਲਸ ऑफ मोनोक्रोमैटिक लाइट मोनो मतलब सिंगल क्रोमैटिक मतलब वेव ठीक है जो लाइट आ मोनोक्रोमैटिक सोर्स होना चाहिए था. एक ही वेव वाली लाइट होनी चाहिए आ विच इज़ एस ठीक है सो इतने असी लिता एस आ वाला सोर्स की है एस इज़ यूज टू एलिमिनेट टू स्लिट्स एस वन एंड एस टू सो असी दो सलिट्स यूज कर रहे इत एस वन और एस टू ध्यान देख लो बच्चे आज छोटी जी सलिट छी हुई है जिते स्पेस है छोटी जी ਠੀਕ ਹੈ ਤੁਹਾਨੂੰ ਦਿਖ ਰਹੀ ਹੋਏਗੀ ਛੋਟੀ ਜੀ ਸਪੇਸ ਆ ਐਦਾਂ ਕਰਕੇ ਬਣੀ ਹੋਈ ਆ ਆ ਛੋਟੀ ਜੀ ਸਪੇਸ ਨੂੰ ਅਸੀਂ ਕੀ ਮੰਨਾਂਗੇ S1 ਧਿਆਨ ਨਾਲ ਡਾਇਗਰਾਮ ਚੈੱਕ ਕਰ ਲਓ ਇੱਥੇ ਆ ਛੋਟੀ ਜੀ ਸਪੇਸ ਛੱਡੀ ਹੋਈ ਆ which is S1 and S2 ਮਤਲਬ ਜਿੱਥੇ ਅਸੀਂ ਸਪੇਸ ਛੱਡੀ ਆ ਇਹਨਾਂ ਨੇ ਨੈਕਸਟ ਸੋਰਸ ਦੀ ਤਰ੍ਹਾਂ ਐਕਟ ਕਰਨਾ S1 and S2 ਦੀ ਤਰ੍ਹਾਂ which are equally distance from source S ਦੋਨਾਂ ਦੀ ਡਿਸਟੈਂਸ S1 ਤੋਂ ਸੇਮ ਹੋਏਗੀ the waves from s1 and s2 spread out in all directions ਜਿਹੜੀ ਇਹਦੇ ਵਿੱਚੋਂ ਲਾਈਟ ਬਾਹਰ ਨਿਕਲ ਕੇ ਜਾਏਗੀ ਉਹ ਸਾਰੇ ਪਾਸੇ ਜਿਹੜੀ ਰੇਜ਼ ਆਫ ਲਾਈਟ ਆ ਇੱਕੋ ਜੀ ਹੋਏਗੀ ਐਂਡ ਸੁਪਰ ਇੰਪੋਜ਼ ਔਨ ਦ ਸਕਰੀਨ ਟੂ ਫਾਰਮ ਅਲਟਰਨੇਟਿਵ ਬ੍ਰਾਈਟ ਐਂਡ ਅ ਡਾਰਕ ਫ੍ਰਿੰਜਸ ਕਹਿੰਦੇ ਸਕਰੀਨ ਦੇ ਉੱਪਰ ਤੁਹਾਨੂੰ ਅਲਟਰਨੇਟਿਵ ਡਾਰਕ ਔਰ ਬ੍ਰਾਈਟ ਫ੍ਰਿੰਜ ਮਿਲੂਗੀ ਇੱਕ ਵਾਰੀ ਡਾਰਕ ਇੱਕ ਵਾਰੀ ਲਾਈਟ ਇੱਕ ਵਾਰੀ light dark light dark light dot up to so on light matlab bright theek hai bright dark bright is tarah na tohanu fringes dikhai den gi when the waves from s1 and s2 reach at the screen in a same phase bright fringes are formed bachiyan dhyan na padna jadon same phase de vich hundi hai ta kehdi kehdi fringe ban di hai bright ਅਗਰ ਅਲੱਗ-ਅਲੱਗ ਹੋਣ ਵੈਨ ਵੇਵਸ ਫ্রম S1 ਐਂਡ S2 ਰੀਚ ਐਟ ਅ ਸਕਰੀਨ ਇਨ ਅ ਆਪੋਜ਼ਿਟ ਫੇਸ ਅਗਰ ਆਪੋਜ਼ਿਟ ਫੇਸ ਹੋਏਗਾ ਤਾਂ ਡਾਰਕ ਫ੍ਰਿੰਜਸ ਬਣਨ ਗਿਆ ਡਨ ਸੋ ਨੈਕਸਟ ਅਸੀਂ ਹੁਣ ਕਰਨ ਜਾ ਰਹੇ ਹਾਂ ਕਿ ਕਿੰਨੇ ਤਰ੍ਹਾਂ ਦੇ ਤੁਸੀਂ ਸੋਰਸ ਯੂਜ਼ ਕਰ ਸਕਦੇ ਆ ਸੋ ਇੱਥੇ ਜਿੱਦਾਂ ਮੋਨੋਕਰੋਮੈਟਿਕ ਲਾਈਟ ਯੂਜ਼ ਕੀਤੀ ਸੀਗੀ ਸੋ ਤੁਸੀਂ ਕਿੱਦਾਂ ਦੇ ਸੋਰਸ ਯੂਜ਼ ਕਰ ਸਕਦੇ ਆ ਨੰਬਰ 1 ਇਜ਼ ਅ ਕੋਹਰੈਂਟ ਸੋਰਸ ਕੋਹਰੈਂਟ ਸੋਰਸ ਕਿਹੜਾ ਆ ਦ ਸੋਰਸ ਵਿਚ ਆਰ ਆਬਟੇਨਡ ਫਰਮ ਅ ਸਿੰਗਲ ਸੋਰਸ ਆਰ ਕਾਲਡ ਕੋਹਰੈਂਟ ਸੋਰਸਿਸ ਫਾਰ ਇਗਜ਼ਾਮਪਲ ਤੁਸੀਂ ਬੱਲਬ ਔਨ ਕੀਤਾ ਫਾਰ ਇਗਜ਼ਾਮਪਲ ਜਿੱਦਾਂ ਤੁਹਾਡੇ ਰੂਮ ਦੇ ਵਿੱਚ ਬੱਲਬ ਯੂਜ਼ ਹੁੰਦਾ ਜਦੋਂ ਤੁਸੀਂ ਹਾਇਰ ਕਲਾਸੇਜ਼ ਦੇ ਵਿੱਚ ਚਲੇ ਜਾਓਗੇ ਉਤੇ ਵੀ ਫਿਜ਼ਿਕਸ ਦੇ ਵਿੱਚ ਬਹੁਤ ਸਾਰੇ ਏਦਾਂ ਦੇ ਪ੍ਰੈਕਟੀਕਲਸ ਹੁੰਦੀਆਂ ਜਿਹਦੇ ਵਿੱਚ ਸਿਰਫ ਔਰ ਸਿਰਫ ਇੱਕ ਸੋਰਸ ਆਫ ਲਾਈਟ ਯੂਜ਼ ਕੀਤਾ ਜਾਂਦਾ ਜਦੋਂ ਸਿਰਫ ਇੱਕ ਸੋਰਸ ਆਫ ਲਾਈਟ ਯੂਜ਼ ਕੀਤਾ ਜਾਵੇ ਉਹਦੀਆਂ ਹੀ ਵੇਵਸ ਤੋਂ ਫਰਦਰ ਐਕਸਪੈਰੀਮੈਂਟ ਕੀਤੇ ਜਾਣ ਉਹਨੂੰ ਅਸੀਂ ਬੋਲਦੇ ਆ ਕੋਹਰੈਂਟ ਸੋਰਸ ਸਿਰਫ ਇੱਕ ਸੋਰਸ ਆ ਸਿੰਗਲ ਸੋਰਸ ਆ ਅਗਿਆ ਸਸਟੇਨਡ ਇੰਟਰਫੀਰੈਂਸ ਦ ਇੰਟਰਫੀਰੈਂਸ ਪੈਟਰਨ ਇਨ ਵਿਚ ਦ ਪੋਜੀਸ਼ਨ ਆਫ ਅ ਬ੍ਰਾਈਟ ਐਂਡ ਅ ਡਾਰਕ ਫ੍ਰਿੰਜਿਸ ਰਿਮੇਨਸ ਫਿਕਸਡ 올 ਅਲੋਂਗ ਦ ਸੇਮ ਸਕਰੀਨ ਇੱਕ ਹੀ ਸਕਰੀਨ ਦੇ ਉੱਪਰ ਜਿਹੜੀ ਤੁਹਾਡੇ ਆ ਡਾਰਕ ਔਰ ਬ੍ਰਾਈਟ ਫ੍ਰਿੰਜਿਸ ਦੀ ਪੋਜੀਸ਼ਨ ਜਿਹੜੀ ਆ ਆਲਟਰਨੇਟ ਪੈਟਰਨ ਦੇ ਵਿੱਚ ਆਉਂਦੀ ਹੋਵੇ ਉਹਨੂੰ ਅਸੀਂ ਬੋਲ ਦਿੰਨੇ ਆ ਸਸਟੇਨਡ ਇੰਟਰਫੀਰੈਂਸ ਦੇਖ ਲਓ ਤੁਹਾਡਾ ਸੋਰਸ ਲੱਗਿਆ ਹੋਇਆ ਅੱਗੇ ਸਲਿੱਟ ਲਗਾਈ ਆ ਸਲਿੱਟ ਦੇ ਅੱਗੇ ਸੋਰਸ 2 ਆ S1 ਐਂਡ S2 ਠੀਕ ਹੈ ਡਬਲ ਸਲਿਟ ਲਗਾਤੀ ਸੋ ਉਹਨੇ ਸੋਰਸ ਦੀ ਤਰੈਕਟ ਕਰਨਾ ਬੱਚੇ ਇੱਥੇ ਐਨ ਪ੍ਰੋਪਰ ਡਾਇਗਰਾਮ ਬਣੀ ਹੋਈ ਆ ਇਸ ਤਰੀਕੇ ਨਾਲ ਜਿਹੜੀ ਤੁਹਾਡੀ ਪੈਟਰਨ ਬਣਦੀ ਆ ਜਿੱਥੇ ਡਾਟਡ ਲਗਾ ਕੇ ਉਹਨੂੰ ਹਾਈਲਾਈਟ ਕੀਤਾ ਹੋਇਆ ਹੈ ਇਹਦਾ ਮਤਲਬ ਇੱਥੇ ਕੀ ਹੋ ਰਹੀ ਆ ਕੰਸਟਰਕਟਿਵ ਇੰਟਰਫੀਰੈਂਸ ਆ ਠੀਕ ਹੈ ਸੋ ਜਿੱਥੇ ਇੱਕ yellow line ਆ ਇੱਕ green line ਆ ਰੀ ਅਗੇਨ green line ਅਗੇਨ green line ਅਗੇਨ green line ਠੀਕ ਹੈ ਜਿਹੜੀ ਆਵਲੀ ਲਾਈਨ ਆ ਇੱਥੇ ਕੀ ਆ ਮਿਨਿਮਮ ਆ ਇੱਥੇ ਘੱਟ ਮਿਕਸ ਹੋ ਰਹੀਆਂ ਆ ਸੋ ਇਹ ਹੋਊਗੀ ਮਿਨਿਮਮ ਮਿਨਿਮਮ ਮਤਲਬ ਇੱਥੇ ਡਾਰਕ ਫ੍ਰਿੰਜ ਬਣੇਗੀ ਠੀਕ ਹੈ ਜਿੱਥੇ ਬਿਲਕੁਲ ਪੁਆਇੰਟ ਐਗਜ਼ੈਕਟ ਮੈਚ ਕਰ ਰਹੀ ਆ ਐਗਜ਼ੈਕਟ ਮੈਚ ਕਰ ਰਹੀ ਆ ਆਵਲੀ ਲਾਈਨ ਠੀਕ ਹੈ ਜਿੱਥੇ ਐਗਜ਼ੈਕਟ ਮੈਚ ਕਰ ਰਹੀ ਆ ਉਹ ਤੁਹਾਡੀ ਹੋ ਜਾਏਗੀ ਮੈਕਸਿਮਮ ਮੈਕਸਿਮਮ ਯਾ ਬ੍ਰਾਈਟ ਫ੍ਰਿੰਜ ठीक है सो so, इस तरह थोड़ी मिनीम और मैक्सीम या फिर डार्क या ब्राइट फ्रेंज बन दी सो यंडी की होनी चाहिए द टू सोर्सिस द टू सोर्सिज ऑफ लाइट मस्ट बी कोहरेंट मतलब जी आ एस वन एस टू आ एक पर्टिकुलर कोहरेंट सोर्स तो आनी चाहिए कोहरेंट मतलब एक सिंगल सोर्स तो आनी चाहिए आ द फ्रिकसिस ऑफ द टू वेज शुड बी इक्वल जी आ एस वन और एस टू आ अगर सेम लोगे ਠੀਕ ਹੈ ਇੰਨਾ ਇੰਨਾ ਕ ਸਾਈਜ਼ ਲਾਉਂਗੇ ਤਾਂ ਉਹਨਾਂ ਦੀ ਵੇਵ ਸੇਮ ਹੋ ਜੇਗੀ ਅਗਰ ਇੱਕ ਵੱਡਾ ਔਰ ਇੱਕ ਛੋਟੀ ਲਾਉਂਗੇ ਤਾਂ ਤੁਹਾਨੂੰ ਪ੍ਰੋਬਲਮ ਆਏਗੀ ਠੀਕ ਹੈ ਸੋ ਫ੍ਰੀਕੁਐਂਸੀ ਜਾਂ ਵੇਵ ਲੈਂਥ ਦੋਨਾਂ ਦੀ ਇਕੁਅਲ ਹੋਣੀ ਚਾਹੀਦੀਆ ਦਾ ਲਾਈਟ ਮਸਟ ਬੀ ਮੋਨੋਕ੍ਰੋਮੈਟਿਕ ਜਿਹੜੀ ਲਾਈਟ ਹੋਣੀ ਚਾਹੀਦੀ ਉਹ ਮੋਨੋਕ੍ਰੋਮੈਟਿਕ ਹੋਵੇ ਮੋਨੋ ਮਤਲਬ ਸਿੰਗਲ ਹੋਵੇ ਦਾ ਐਂਪਲੀਟਿਊਡ ਆਫ ਦਾ ਇੰਟਰਫੀਰੈਂਸ ਵੇਵ ਮਸਟ ਬੀ ਇਕੁਅਲ ਔਰ ਨੀਅਰਲੀ ਇਕੁਅਲ ਠੀਕ ਹੈ ਜਿਹੜੀ ਐਂਪਲੀਟਿਊਡ ਆ ਉਹਨਾਂ ਦਾ ਆਹ ਵਾਲਾ ਐਂਪਲੀਟਿਊਡ ਆ ਜਾਂ ਤਾਂ ਦੋਨੋਂ ਬਿਲਕੁਲ ਇਕੁਅਲ ਹੋਵੇ ਵੇਵ ਦੀ ਜਾਂ ਫਿਰ ਨੀਅਰਲੀ ਇਕੁਅਲ ਇਹ ਨਾ ਹੋਵੇ ਇੱਕ ਵੇਵ ਤੁਹਾਡੀ ਆ ਜਾ ਰਹੀ ਆ ਤਾਂ ਦੂਸਰੀ ਵੇਵ ਜਿਹੜੀ ਤੁਹਾਡੀ ਇੰਨੀ ਕੁ ਜਾ ਰਹੀ ਆ ਸੋ ਜਾਂ ਤਾਂ ਵੇਵਸ ਕੀ ਹੁਣ ਇਕੁਅਲ ਹੋਣ ਜਾਂ ਫਿਰ ਨੀਅਰਲੀ ਇਕੁਅਲ ਹੋਣ ਆਲਮੋਸਟ ਨੀਕੁਅਲ ਹੋਵੇ ਠੀਕ ਹੈ ਦ ਟੂ ਸੋਰਸਸ ਮਸਟ ਬੀ ਨੈਰੋ ਨੈਰੋ ਮਤਲਬ ਆਹ ਵਾਲੀ ਜਿਹੜੀ ਤੁਸੀਂ ਸਪੇਸ ਆ ਉਹ ਬਹੁਤ ਛੋਟੀ ਜੀ ਰੱਖਣੀ ਆ ਠੀਕ ਹੈ ਨੈਰੋ ਹੋਣੀ ਚਾਹੀਦੀ ਆ ਸਲਿੱਟ ठीक है अगर तुम स्पेस ज्यादा रखते हैं तो फ्रिजिज जनिया सोनिया नहीं बनगिया सो कंपलसरी आ कि दोनों सोर्सिज मस्ट भी नैरो डन सो अज की वीडियो असी इंटरफेरेंस ऑफ लाइट बारे पढ़िया यंग्स डबल स्लिट बारे पढ़िया और सोर्सिज सस्टेन्ड इंटरफेरेंस पढ़िया ठीक है बचाव वाली डायग्राम मैं थोड़ा फ्रीली हैंड बना के दस दें एक कि बनाया ਸੋ ਪ੍ਰੈਕਟਿਸ ਕਰਨੀ ਆ ਸਭ ਤੋਂ ਪਹਿਲਾਂ ਕੀ ਕੀਤਾ ਸੋਰਸ ਲੈ ਲਓ ਸੋਰਸ ਨੇ ਰੇਜ਼ ਆਫ ਲਾਈਟ ਕਿਹਨੂੰ ਦਿੱਤੀਆਂ S1 ਔਰ S2 ਨੂੰ ਸੋ ਆਹ ਸੀ ਸੋਰਸ ਮੰਨ ਲੇ S1 ਐਂਡ S2 ਦੈਨ ਸੋ ਮੈਂ ਫ੍ਰੀਲੀ ਹੈਂਡ ਬਣਾਉਣ ਲੱਗੀਆਂ ਬੱਚੇ ਤੁਸੀਂ ਕੰਪਾਸ ਦੀ ਹੈਲਪ ਦੇ ਨਾਲ ਬਣਾ ਸਕਦੇ ਆ ਸੋ ਪਹਿਲੀ ਮੰਨ ਲਓ ਕੀ ਆ ਇਸ ਤਰੀਕੇ ਨਾਲ ਆ ਬਣ ਗਈ ਡਾਟਡਡ ਆ ਹੋਊਗੀ ਪੂਰੀ ਲਾਈਨ ਨੈਕਸਟ ਇੱਧਰ ਪੂਰੀ ਲਾਈਨ ਬਣਾ ਦਿਓ ਠੀਕ ਹੈ ਇੱਧਰ ਡਾਟਡ ਬਣਾ ਦਿਓ ਨੈਕਸਟ ਇਹਦੀ ਡਾਟਡ ਬਣਾ ਦਿਓ ਬੱਚੇ ਦੇਖ ਲਓ ਮੇਰਾ ਪੂਰਾ ਸਰਕਲ ਕੰਪਲੀਟ ਹੋ ਰਿਹਾ ਠੀਕ ਹੈ ਸੋ ਇਹਦੀ ਪੂਰੀ ਲਾਈਨ ਬਣਾ ਦਿਓ ਇਸ ਤਰੀਕੇ ਨਾਲ ਸੋ ਤੁਸੀਂ ਜਦੋਂ ਪ੍ਰਕਾਰ ਲੈ ਕੇ ਕਰੋਗੇ ਤਾਂ ਪ੍ਰਕਾਰ ਖੋਲਹੀ ਜਾਓ ਬਣਾਈ ਜਾਓ ਧਿਆਨ ਰੱਖਣਾ ਆ ਦੋਨੋਂ ਵਿਚਕਾਰਲਾ ਜਿਹੜਾ ਡਿਸਟੈਂਸ ਆ ਉਹ ਹਰ ਵਾਰੀ ਸੇਮ ਹੋਣਾ ਚਾਹੀਦਾ ਜੇ ਤੁਸੀਂ ਸੇਮ ਨਹੀਂ ਲੇਤਾ ਤਾਂ ਤੁਹਾਡੀ ਬੱਚੀ 19 ਵਧੀਆ ਫਰਿੰਜਿਸ ਨਹੀਂ ਬਣਨਗੀਆਂ ਠੀਕ ਹੈ ਸੋ ਨੈਕਸਟ ਡਾਟਡ ਇੱਥੇ ਆ ਜੇਗੀ ਅਗੇਨ ਬਲੈਕ ਵਾਲਾ ਇਹਨਾਂ ਯੂਜ਼ ਕੀਤਾ ਸੋ ਧਿਆਨ ਨਾਲ ਬਣਾਣੀ ਬੱਚੀ ਇਧਰੋਂ ਆ ਪੂਰਾ ਸਰਕਲ ਆ ਠੀਕ ਹੈ ਸੋ ਫਰਦਰ ਉਹਦੇ ਉੱਪਰ ਉੱਪਰ ਹੀ ਸਰਕਲ ਬਣਾਈ ਜਾਓ ਆ ਬਣਾਤਾ ਇਹਦੇ ਉੱਪਰ ਸਰਕਲ ਤਨ ਬਲੈਕ ਦੇ ਉੱਪਰ ਆ ਸਰਕਲ ਬਣਾਤਾ ਦਨ ਸੋ ਇਹਦੇ ਉੱਪਰ ਨੈਕਸਟ ਬਣਾ ਦੋ ਦੇਖ ਲਓ ਬੱਚੇ ਮੈਂ ਉਹਦੇ ਉੱਪਰ ਉੱਪਰ ਹੀ ਸਰਕਲ ਬਣਾ ਰਹੀ ਆ ਠੀਕ ਹੈ ਕਿਉਂਕਿ ਹੁਣ ਮੈਂ ਇਹਦੇ ਤੇ ਪ੍ਰਕਾਰ ਨਾਲ ਸ਼ੋ ਨਹੀਂ ਕਰ ਸਕਦੀ ਸੋ ਮੈਂ ਤਾਂ ਫ੍ਰੀ ਹੈਂਡ ਹੀ ਬਣਾ ਰਹੀ ਆ ਤੁਸੀਂ ਪ੍ਰਕਾਰ ਲੈ ਕੇ ਕਰਨਾ ਹੁਣ ਧਿਆਨ ਨਾਲ ਦੇਖੋ ਇੱਥੇ ਕੋਈ ਨਾ ਕੋਈ ਪੁਆਇੰਟ ਜਿਹੜੇ ਆ ਤੁਹਾਡੇ ਪ੍ਰੋਪਰ ਮੀਟ ਕਰ ਰਹੇ ਹੋਣਗੇ ਇਦਾਂ ਠੀਕ ਹੈ ਸੋ ਇੱਥੇ ਬਣ ਜੀਗੀ ਇੱਕ ਫ੍ਰਿੰਜ ਨੈਕਸਟ ਆ ਮੀਟ ਕਰ ਰਿਹਾ ਆ ਮੀਟ ਕਰ ਰਿਹਾ ਆ ਮੀਟ ਕਰ ਰਿਹਾ ਆ ਮੀਟ ਕਰ ਰਿਹਾ ठीक है नैक्सट बन जाएगी आ वाली फ्रिज दैन आ वाली बच्चे बची प्रैक्टिस करना प्रैक्टिस करूँगी तो थोड़ी एन प्रॉपर बनेगा ठीक है करके देख लेना नहीं होएगा तो मैं दोबारा एक्सप्लेन कर दूंगी ठीक है सो so, इस टॉपिक अगर किसी तरह की कोई प्रॉब्लम हो होैंक यू